realizar, se emitió al fate sanji kriye vaigaru ji ka khalsa vaigaru ji ki fate. Así soch rahe hain ki aadmi apne umar karke budda hoga, par nahi, aadmi apne chinge socha karke te chinge kamma karke budda hoga, jime bhai budha ji san. Bhai budha ji sirf 12 saal de san jadon guru nanak dev ji ne ਉਹਨਾਂ ਨੂੰ ਬਾਬਾ ਬੁੱਢਾ ਜੀ ਦਾ ਨਾਮ ਦਿੱਤਾ ਕਰਕੇ ਉਹ ਬਹੁਤ ਛੋਟੀ ਉਮਰ ਵਿੱਚ ਬਹੁਤ ਵੱਡੀਆਂ ਗੱਲਾਂ ਕਰਦੇ ਸਨ। ਬਾਬਾ ਜੀ ਸਿੱਖ ਧਰਮ ਵਿੱਚ ਬਹੁਤ ਉੱਚੀ ਥਾਂ ਰੱਖਦੇ ਹਨ। ਬਾਬਾ ਜੀ ਦੀ ਉਮਰ 125 ਸਾਲਾਂ ਦੀ ਸੀ। ਉਹਨਾਂ ਨੇ ਲਗਾਤਾਰ 112 ਸਾਲ ਗੁਰੂ ਘਰ ਦੀ ਸੇਵਾ ਕੀਤੀ। ਬਾਬਾ ਬੁੱਢਾ ਜੀ ਦਾ ਨਾਮ ਬਹੁਤ ਪ੍ਰਸਿੱਧ ਹੈ। ਬਾਬਾ ਜੀ ਨੇ ਗੁਰੂ ਘਰ ਦੀ ਸੇਵਾ ਬਹੁਤ ਪਿਆਰ ਨਾਲ ਕੀਤੀ। ਬਾਬਾ ਜੀ ਸਾਰਿਆਂ ਪਿਆਰ ਇੱਕ ਸਤਿਕਾਰ ਨਾਲ ਰਹਿੰਦੇ ਸਨ। ਬਾਬਾ ਜੀ ਨੇ ਗੁਰੂ ਨਾਨਕ ਦੇਵ ਜੀ ਕੋਲ ਗੁਰਮੁਖੀ ਸਿੱਖੀ ਤੇ ਬਹੁਤ ਬਾਣੀ ਖੰਡ ਕੀਤੀ। ਸਾਡੀ ਨਾਨੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਬਾਬਾ ਜੀ ਕੋਲ ਵਿਦਿਆ ਪ੍ਰਾਪਤ ਕੀਤੀ। ਬਾਬਾ ਜੀ ਬਸ 21 ਸਿੱਖ ਸਨ ਜਿਨ੍ਹਾਂ ਨੇ ਛੇ ਗੁਰੂਆਂ ਦੇ ਦਰਸ਼ਨ ਕੀਤੇ। ਉਹਨਾਂ ਨੇ ਪੰਜ ਗੁਰੂਆਂ ਨੂੰ ਤਿਲਕ ਲਾ ਕੇ ਗੁਰਗੱਦੀ ਬਖਸ਼ੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਬਾਬਾ ਬੁੱਢਾ ਜੀ ਨੂੰ ਸੌਂਪੀ। ਬਾਬਾ ਜੀ ਉਹ ਸੇਵਾ ਇਹ ਬੇਰੀ ਹੇਠ ਬੈਠ ਕੇ ਕਰਵਾਉਂਦੇ ਸਨ। ਉਹ ਬੇਰੀ ਅੱਜ ਤੱਕ ਹਰੀ ਤੇ ਭਰੀ ਹੈ ਤੇ ਹਮੇਸ਼ਾ ਰਹੇਗੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਦੀ ਸੇਵਾ ਵੀ ਬਾਬਾ ਬੁੱਢਾ ਜੀ ਨੂੰ ਬਖਸ਼ੀ। ਖਾਰੇ ਜੋ ਆਪ ਹੋਇਆ ਹੜ ਕੰਮ ਖੜਾਵਣ ਆਇਆ ਰਾਮ। ਬਾਬਾ ਜੀ ਨੇ ਪਹਿਲਾ ਵਾਕ ਲਿਆ ਇਹ ਸ਼ਬਦ ਸੁਣ ਕੇ ਸੰਗਤਾਂ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ। ਬਾਬਾ ਬੁੱਢਾ ਜੀ ਦੀ ਸੇਵਾ ਦੇਖ ਕੇ ਬਹੁਤ ਸਿੱਖ ਗੁਰੂ ਘਰ ਨਾਲ ਜੁੜੇ। ਰੱਬ ਸਾਡੇ ਤੇ ਵੀ ਬਖਸ਼ੇ ਕਿ ਅਸੀਂ ਵੀ